ਔਰ ਸਾਡੇ ਚੈਨਲ ਹਰੀ ਸਿੰਘ ਵਲੌਗ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਅੱਜ ਅਸੀਂ ਜਾ ਰਹੇ ਹੈਗੇ ਹਾਂ ਜੀ ਲੁਧਿਆਣਾ ਚੋੜਾ ਬਾਜ਼ਾਰ ਘੰਟਾ ਘਰ ਮਾਰਕੀਟ। ਅੱਜ ਤੁਹਾਨੂੰ ਵਿਖਾਵਾਂਗੇ ਅਸੀਂ ਗਰਮੀਆਂ ਦੀ ਵਰਾਇਟੀ, ਠੀਕ ਹੈ। ਉਸ ਤੋਂ ਪਹਿਲਾਂ ਦੱਸ ਦਈਏ ਤੁਹਾਡਾ ਕੋਈ ਬਿਜ਼ਨਸ ਹੈਗਾ ਹੈ, ਸਾਡੇ ਕੋਲ ਵੀਡੀਓ ਬਣਵਾਉਣਾ ਚਾਹੁੰਦੇ ਹੈਗੇ, ਉੱਪਰ ਤੁਹਾਡਾ ਨੰਬਰ ਚੱਲ ਰਿਹਾ ਹੈਗਾ, ਤੁਸੀਂ ਵੀਡੀਓ ਬਣਵਾ ਸਕਦੇ ਹੈ, ਸਾਨੂੰ ਕੋਲ ਕਰ ਸਕਦੇ ਹੈਗੇ ਹੋ, ਅਸੀਂ ਤੁਹਾਡੇ ਕੋਲ ਜ਼ਰੂਰ ਪਹੁੰਚਾਂਗੇ ਵੀਡੀਓ ਬਣਾਉਣ ਵਾਸਤੇ। ਅਤੇ ਬਹੁਤੀਆਂ ਗੱਲਾਂ ਆਪਾਂ ਨਹੀਂ ਕਰਨੀਆਂ, ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਸਿੱਧੀ ਵਰਾਇਟੀ। ਲਓ ਜੀ ਦੋਸਤੋ, ਅਸੀਂ ਪਹੁੰਚ ਚੁੱਕੇ ਹਾਂ ਜੀ ਚੌੜਾ ਬਾਜ਼ਾਰ ਲੁਧਿਆਣਾ, ਅਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਟੀ ਸ਼ਰਟਾਂ ਦੀ ਵਰਾਇਟੀ। ਆਹ ਦੇਖੋ ਜੀ ਨਵੀਆਂ ਨਵੀਆਂ ਟੀ ਸ਼ਰਟਸ ਆ ਗਈਆਂ ਜੀ, ਕੋਲਰ ਵਾਲੀਆਂ, ਗੋਲ ਗਲੇ ਦੇ ਵਿੱਚ ਟੀ ਸ਼ਰਟਾਂ, ਸ਼ਰਟਾਂ ਹਾਫ ਸਲੀਵ, ਬਹੁਤ ਜ਼ਿਆਦਾ ਵਰਾਇਟੀ ਤੁਹਾਨੂੰ ਇੱਥੋਂ ਮਿਲ ਜੂਗੀ। ਚੱਕ ਦੇ ਵਿੱਚ ਲੈ ਜਾਓ, ਪਲੇਨ ਦੇ ਵਿੱਚ ਲੈ ਜਾਓ। ਆਹ ਦੇਖੋ ਜੀ ਫੁੱਲ ਬਾਜੂ, ਹਾਂਜੀ ਫੁੱਲ ਬਾਜੂ। ਪਹਿਲਾਂ ਮੈਂ ਤੁਹਾਨੂੰ ਰੇਟ ਦੱਸਦਾ ਜੀ ਭਾਈ, 100 ਰੁਪਏ ਜੀ। ਆਹ ਦੇਖੋ ਜੀ ਹਾਫ ਬਾਜੂ ਤੁਹਾਨੂੰ ਮਿਲੂਗੀ 100-100 ਰੁਪਏ ਦੇ ਵਿੱਚ ਕਮੀਜ਼। ਆਹ ਦੇਖੋ ਜੀ 100 ਰੁਪਿਆ 100 ਰੁਪਿਆ। ਟੀ ਸ਼ਰਟ ਵੀ ਤੁਸੀਂ ਲੈ ਕੇ ਜਾ ਸਕਦੇ ਹੋ 100-100 ਰੁਪਏ ਦੇ ਵਿੱਚ। ਨਵੀਆਂ ਟੀ ਸ਼ਰਟਾਂ, ਨਵੀਆਂ ਸ਼ਰਟਾਂ, ਫੁੱਲ ਬਾਜੂ ਸ਼ਰਟਾਂ ਵੀ ਤੁਹਾਨੂੰ ਭਾਈ 150-150 ਰੁਪਏ ਦੇ ਵਿੱਚ ਫੁੱਲ ਬਾਜੂ ਸ਼ਰਟਾਂ ਮਿਲ ਜਾਣਗੀਆਂ। ਸਾਈਜ਼ ਮਿਲ ਜਾਣਗੇ ਅਲੱਗ ਅਲੱਗ, ਕਲਰ ਮਿਲ ਜਾਣਗੇ ਅਲੱਗ ਅਲੱਗ। ਦੇਖੋ ਜੀ 150 ਭਾਈ, ਉਹਨਾਂ ਕੋਲ ਪੈਂਟਾਂ ਵੀ ਹੁੰਦੀਆਂ 200-200 ਰੁਪਏ ਦੇ ਵਿੱਚ। ਜੀਨ ਦੀਆਂ ਪੈਂਟਾਂ ਲੈ ਕੇ ਜਾ ਸਕਦੇ ਹੋ, ਨੈਰੋ ਲੈ ਜਾਓ, ਜੋਕਰ ਲੈ ਜਾਓ, 6 ਪੋਕਿਟ ਲੈ ਜਾਓ। ਆਹ ਵੀ ਭਾਈ 200 'ਚ, ਆਹ ਦੇਖੋ ਜੀ ਸੋਹਣੀਆਂ ਸੋਹਣੀਆਂ ਬ੍ਰਾਂਡਡ ਪੈਂਟਾਂ ਆ ਗਈਆਂ 200-200 ਰੁਪਏ ਦੇ ਵਿੱਚ। ਢੇਰ ਲੱਗਾ ਵਾ ਭਾਈ ਉਹਨਾਂ ਕੋਲ। ਭਾਈ ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਆਪਣੇ ਕੋਲ ਜੀ? ਸਾਰੇ ਸਾਈਜ਼ ਮਿਲ ਜਾਣਗੇ। ਅੱਛਾ ਜੀ, 28 ਤੋਂ ਲੈ ਕੇ 40 ਨੰਬਰ ਤੱਕ ਸਾਈਜ਼ ਮਿਲ ਜਾਣਗੇ। ਆਹ ਦੇਖੋ ਜੀ ਭਾਈ ਹੁਣੀ ਦੀ ਪਹਿਚਾਣ ਕਰ ਲਓ। ਦੇਖੋ ਜੀ ਬੋਰਡ ਲੱਗਾ ਹੋਇਆ, ਬੋਰਡ ਦੇ ਥੱਲੇ ਭਾਈ ਹੁਣੀ ਇੱਥੇ ਹੁੰਦੇ ਆ ਜੀ ਹਰ ਐਤਵਾਰ। ਆਪਣੇ ਫਾਰਮਲ ਪੈਂਟਾਂ ਵੀ ਲੈ ਕੇ ਜਾ ਸਕਦੇ ਹੋ, ਜੀਨ ਦੀਆਂ ਪੈਂਟਾਂ ਵੀ ਲੈ ਕੇ ਜਾ ਸਕਦੇ ਹੋ ਜੀ। ਲਓ ਜੀ ਇੱਧਰ ਆ ਗਿਆ ਜੀ, ਹੋਰ ਵੀ ਪ੍ਰਿੰਟਡ ਸ਼ਰਟਾਂ। ਆਹ ਦੇਖੋ ਜੀ ਨਵੀਆਂ ਬੈਚ ਲੱਗੇ ਹੋਏ, ਨਾਲ ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ। ਫੁੱਲ ਬਾਜੂ ਸ਼ਰਟਾਂ ਮੁੰਡਿਆਂ ਵਾਸਤੇ ਰੇਟ ਇਹਨਾਂ ਦਾ ਲੱਗੂਗਾ ਜੀ 250 ਜੀ 250, ਜਿਹੜੇ ਮਰਜ਼ੀ ਲੈ ਜਾਓ। ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਆਪਣੇ ਕੋਲ? ਸਾਈਜ਼ ਸਾਰੇ ਮਿਲ ਜਾਣਗੇ। ਦੇਖੋ ਜੀ ਡਿਸਪਲੇ ਕਰਦੇ ਹੋਏ ਪਿੱਛੇ ਕਮੀਜ਼ਾਂ, ਆਹ ਦੇਖੋ ਜੀ ਨਵੇਂ ਨਵੇਂ ਡਿਜ਼ਾਈਨ ਦੀਆਂ ਕਮੀਜ਼ਾਂ ਆ ਗਈਆਂ ਜੀ। ਇੱਧਰ ਤੁਹਾਨੂੰ ਦਿਖਾਵਾਂਗੇ ਹੁਣ ਟੀ ਸ਼ਰਟਾਂ, ਫੁੱਲ ਬਾਜੂ ਟੀ ਸ਼ਰਟਾਂ ਭਾਈ ਉਹਨਾਂ ਕੋਲ ਮਿਲ ਜਾਣਗੀਆਂ ਪਿੱਛੇ। ਆਹ ਦੇਖੋ ਜੀ ਪਹਿਲਾਂ ਡਿਸਪਲੇ ਕੀਤੀ ਹੋਈ ਆ ਜੀ, ਸੋਹਣੇ ਸੋਹਣੇ ਪ੍ਰਿੰਟ ਆ ਗਏ ਹਾਫ ਸਲੀਵ ਦੇ ਵਿੱਚ। ਆਹ ਦੇਖੋ ਜੀ, ਲਓ ਜੀ ਫੁੱਲ ਸਲੀਵ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਜੀ। ਦੇਖੋ ਜੀ ਰੰਗ ਤੁਹਾਨੂੰ ਮਿਲ ਜਾਣਗੇ ਇੱਥੇ ਵੱਖਰੇ ਵੱਖਰੇ, ਗੋਲ ਗਲੇ ਦੇ ਵਿੱਚ ਭਾਈ ਕੋਲਰ ਵਾਲੀਆਂ ਵੀ ਹੈਗੀਆਂ ਜੀ। ਆਹ ਦੇਖੋ ਜੀ ਗੋਲ ਗਲੇ ਦੇ ਵਿੱਚ ਫੁੱਲ ਸਲੀਵ ਸ਼ਰਟ ਆ, ਟੀ ਸ਼ਰਟ ਆ ਭਾਈ। ਰੇਟ ਕੀ ਰੱਖਿਆ ਜੀ? 150 ਭਾਈ 150। ਅੱਛਾ ਜੀ ਭਾਈ ਆਹ ਵੀ 150 ਪਿੱਛੇ ਵਾਲੀਆਂ, ਅਤੇ ਉਹ ਵਾਲੀਆਂ ਜੀ ਆਹ ਵਾਲੀ ਇੱਧਰ ਵਾਲੀ ਲੌਂਗ ਸਾਈਜ਼ 200 ਰੁਪਇਆ, ਇੱਧਰ ਵਾਲੀ ਤੁਹਾਨੂੰ ਮਿਲ ਜੂਗੀ 150 ਰੁਪਏ ਦੇ ਵਿੱਚ। ਭਾਈ ਹੁਣੀ ਹਰ ਐਤਵਾਰ ਇੱਥੇ ਹੁੰਦੇ ਆ ਜੀ ਚੌੜਾ ਬਾਜ਼ਾਰ ਲੁਧਿਆਣਾ ਸੰਡੇ ਮਾਰਕੀਟ। ਮੈਂ ਤੁਹਾਨੂੰ ਲੋਕੇਸ਼ਨ ਦਿਖਾ ਦਾਂ, ਦੇਖੋ ਜੀ ਸਰਦਾਰ ਜਵੈਲਰਸ ਦੇ ਬਿਲਕੁਲ ਥੱਲੇ ਭਾਈ ਹੁਣ ਕੋਲ ਟੀ ਸ਼ਰਟਾਂ ਲੈ ਕੇ ਜਾ ਸਕਦੇ ਹੋ ਜੀ। ਇੱਧਰ ਤੁਹਾਨੂੰ ਮਿਲ ਜਾਣਗੀਆਂ ਜੀ ਪੈਂਟਾਂ, ਜੀਨ ਦੀਆਂ। ਦੇਖੋ ਜੀ ਪਹਿਲਾਂ ਡਿਸਪਲੇ ਤੁਹਾਨੂੰ ਝਾਤੀ ਮਰਾ ਦੇਵਾਂ, ਰਫ ਐਂਡ ਟਫ, ਖੁੱਲੀਆਂ ਡੁੱਲੀਆਂ। ਭਾਈ ਨੈਰੋ ਵੀ ਹੈਗੀ ਆਪਣੇ ਕੋਲ ਜੀ? ਨੈਰੋ ਲੈ ਜਾਓ, ਖੁੱਲੀਆਂ ਡੁੱਲੀਆਂ, ਸਟੇਟ ਫਿੱਟ ਪੈਂਟਾਂ, ਰਫ ਐਂਡ ਟਫ ਆ। ਦੇਖੋ ਜੀ ਤੁਸੀਂ ਝਾਤੀ ਮਾਰ ਲਓ ਇੱਕ ਵਾਰੀ, ਥੱਲੇ ਵੀ ਢੇਰ ਲੱਗਾ ਪਿਆ। ਸਾਈਜ਼ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ। ਪਰ ਪਿੰਟ ਦਾ ਰੇਟ ਭਾਅ ਜੀ ਕੀ ਹੈ ਜੀ? 450 ਆ। ਦੇਖੋ ਜੀ ਖੁੱਲੀਆਂ ਡੁੱਲੀਆਂ ਪੈਂਟ, ਹਾਂਜੀ ਆ ਦੇਖੋ ਜੀ 450 ਬੂਟ ਕੱਟ, ਕਲਰ ਤੁਹਾਨੂੰ ਮਿਲ ਜਾਣਗੇ ਡਿਫਰੈਂਟ। ਸਾਈਜ਼ ਭਾਈ ਕਿਹੜੇ ਕਿਹੜੇ ਮਿਲ ਜਾਣਗੇ ਜੀ? ਲਾਸਟ 40 ਨੰਬਰ ਤੱਕ। ਅੱਛਾ ਜੀ 40 ਨੰਬਰ ਤੱਕ ਸਾਈਜ਼ ਮਿਲ ਜੂਗਾ ਜੀ ਮੁੰਡਿਆਂ ਵਾਸਤੇ। ਪੈਂਟਾਂ ਨਵੀਆਂ ਪੈਂਟਾਂ ਹੈਗੀਆਂ ਜੀ ਬ੍ਰਾਂਡਡ, 450 ਰੁਪਏ ਦੇ ਵਿੱਚ ਜਿਹੜੀ ਮਰਜ਼ੀ ਲੈ ਜਾਓ ਜੀ। ਆਹ ਦੇਖੋ ਜੀ, ਆਹ ਦੇਖੋ ਜੀ ਹੋਰ ਵੀ ਤੁਸੀਂ ਡਿਜ਼ਾਈਨ ਦੇਖ ਲਓ ਜੀ, ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ। ਕਿੰਨੀਆਂ ਖੁੱਲੀਆਂ ਡੁੱਲੀਆਂ ਹੈਗੀਆਂ ਜੀ ਪੈਂਟਾਂ ਮੁੰਡਿਆਂ ਵਾਸਤੇ, ਪਰ ਪੀਸ ਦਾ ਰੇਟ ਹੈਗਾ ਜੀ 450 ਰੁਪਇਆ। ਪੈਂਟਾਂ ਦੀ ਲੋਕੇਸ਼ਨ ਵੀ ਸੇਮ ਰਹਿਣ ਵਾਲੀ ਆ, ਦੇਖੋ ਜੀ ਸਰਦਾਰ ਜਵੈਲਰਸ ਦੇ ਥੱਲੇ, ਨਾਲ ਇੱਧਰ ਤੁਹਾਨੂੰ ਪੈਂਟਾਂ ਜੀਨ ਦੀਆਂ ਮਿਲ ਜਾਣਗੀਆਂ ਜੀ। ਲਓ ਜੀ ਇੱਧਰ ਤੁਸੀਂ ਸ਼ਾਰਟਸ ਲੈ ਕੇ ਜਾਣਾ ਚਾਹੋ, ਸ਼ਾਰਟਸ ਵੀ ਲੈ ਕੇ ਜਾ ਸਕਦੇ ਹੋ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ, ਠੀਕ ਹੈ ਜੀ। ਆਹ ਦੇਖੋ ਜੀ ਭਾਅ ਜੀ ਹੁਣੀ ਗਰਮੀਆਂ ਦੇ ਵਿੱਚ
ਗਰਮੀਆਂ ਦਾ ਕੱਪੜਾ ਤੁਹਾਨੂੰ ਇੱਥੇ ਮਿਲ ਜੂਗਾ ਜੀ ਭਾਅ ਜੀ ਹੁਣਾਂ ਕੋਲੋਂ। ਪਿੱਛੇ ਸ਼ੋਪ ਵੀ ਹੈਗੀ ਜੀ, ਡੇਲੀ ਭਾਅ ਜੀ ਹੁਣੇ ਇੱਥੇ ਓਪਨ ਹੁੰਦੇ ਆ ਜੀ। ਟੀ ਸ਼ਰਟਾਂ, ਸ਼ਾਰਟਸ, ਪਜਾਮੇ, ਟੀ ਸ਼ਰਟਾਂ, ਕਾਫੀ ਕੁਛ ਤੁਹਾਨੂੰ ਇੱਥੇ ਮਿਲ ਜੂਗਾ। ਲੋਕੇਸ਼ਨ ਦਿਖਾ ਦਾ ਤੁਹਾਨੂੰ, ਦੇਖੋ ਜੀ ਚੌੜਾ ਬਾਜ਼ਾਰ ਇੱਧਰੋਂ ਸ਼ੁਰੂ ਹੋਣ ਦੇ ਪਿੱਛੇ ਹੈਗਾ ਜੀ ਘੰਟਾ ਘਰ, ਉਹ ਤੁਸੀਂ ਦੇਖ ਰਹੇ ਹੋ ਘੰਟਾ ਘਰ ਕਲੋਕ ਟਾਵਰ ਭਾਅ ਜੀ ਹਰ ਰੋਜ਼ ਓਪਨ ਹੁੰਦੀ। ਭਾਅ ਜੀ ਕੀ ਰੇਟ ਰੱਖਿਆ ਜੀ ਸ਼ਾਰਟਸ ਦਾ? ਲਓ ਜੀ 150 ਰੁਪਏ ਦੇ ਵਿੱਚ ਸ਼ਾਰਟਸ ਐਨ ਐਸ ਕੱਪੜੇ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਮੁੰਡਿਆਂ ਵਾਸਤੇ। ਭਾਅ ਜੀ ਆਹ ਕੋਟਨ ਵਾਲੀਆਂ ਕਿੰਨੇ ਦੀਆਂ ਜੀ? ਕੋਟਨ ਵਾਲੀ ਲੈ ਜਾਓ 150 ਚ, ਐਨ ਐਸ ਕੱਪੜੇ ਦੇ ਵਿੱਚ ਲੈ ਜਾਓ 150 ਚ। ਭਾਅ ਜੀ ਪਜਾਮਿਆਂ ਦਾ ਰੇਟ ਕੀ ਰਹਿਣ ਵਾਲਾ ਜੀ? ਲਓ ਜੀ ਪਜਾਮੇ ਵੀ 150 ਰੁਪਏ ਦੇ ਵਿੱਚ ਮੁੰਡਿਆਂ ਵਾਸਤੇ ਮਿਲ ਜਾਣਗੇ। ਟੀ ਸ਼ਰਟਸ ਭਾਅ ਜੀ 150, ਲਓ ਜੀ ਟੀ ਸ਼ਰਟਸ 150, ਗੋਲ ਗਲੇ ਦੇ ਵਿੱਚ 150 ਟੀ ਸ਼ਰਟ, 150 ਪਜਾਮਾ, 150 ਸ਼ਾਰਟ, ਪਿੱਛੇ ਹੋਰ ਬ੍ਰਾਂਡਡ ਪ੍ਰਿੰਟ ਟੀ ਸ਼ਰਟਾਂ ਲੈਣੀਆਂ ਚਾਹੋ ਭਾਅ ਜੀ ਉਹਨਾਂ ਕੋਲੋਂ। ਹਰ ਰੋਜ਼ ਇੱਥੇ ਆਣ ਕੇ ਜਿੱਦਾਂ ਟਰੈਡੀ ਵੇਅਰ ਵਾਲੇ ਲੋਅਰ ਚੱਲਦੇ ਪਏ ਮੁੰਡਿਆਂ ਵਾਸਤੇ, ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਕਮੀਜ਼ਾਂ ਮਿਲ ਜਾਣਗੀਆਂ, ਕਾਫੀ ਕੁਛ ਤੁਹਾਨੂੰ ਇੱਥੋਂ ਮਿਲ ਜੂਗਾ ਭਾਅ ਜੀ ਹੁਣਾਂ ਕੋਲੋਂ ਆਣ ਕੇ ਤੁਸੀਂ ਇੱਥੋਂ ਆਪਣਾ ਸ਼ੋਪਿੰਗ ਕਰ ਸਕਦੇ ਹੋ ਜੀ। ਲਓ ਜੀ ਇੱਧਰ ਆ ਗਏ ਜੀ ਲੇਡੀਜ਼ ਸੂਟ, ਭਾਅ ਜੀ ਆਲ ਓਵਰ ਸੂਟ ਹੈ ਨਾ ਸਾਰੇ? ਆਲ ਓਵਰ ਸੂਟ ਆ ਗਏ ਜੀ 5x5 ਮੀਟਰ, ਰੰਗ ਤੁਸੀਂ ਦੇਖੋ ਜੀ, ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ। ਲੇਡੀਜ਼ ਪੰਜਾਬੀ ਸੂਟ ਆਲ ਓਵਰ ਭਾਅ ਜੀ 250 ਤੋਂ ਸ਼ੁਰੂ ਹੋ ਰਿਹਾ ਜੀ, 250 ਰੁਪਏ ਦੇ ਵਿੱਚ 5 ਮੀਟਰ। ਪਰ ਇਹਦੇ ਨਾਲ ਦੁਪੱਟਾ ਨਹੀਂ ਤੁਹਾਨੂੰ ਮਿਲੂਗਾ ਜੀ, ਵਿਦਆਊਟ ਦੁਪੱਟਾ ਨਾ? ਹਾਂ ਵਿਦਆਊਟ ਦੁਪੱਟਾ ਵੀ ਲੈ ਕੇ ਜਾ ਸਕਦੇ ਹੋ, ਦੁਪੱਟੇ ਵਾਲੇ ਵੀ ਲੈ ਕੇ ਜਾ ਸਕਦੇ। ਇਹ 350 ਜੀ, 350 ਵਾਲਾ ਤੁਹਾਨੂੰ ਮਿਲ ਜੂਗੇ, ਨਾਲ ਦੁਪੱਟਾ ਦੇਖੋ ਜੀ, ਬਹੁਤ ਹੀ ਸੋਹਣਾ ਸੋਹਣਾ ਕੋਟਨ ਦੇ ਸੂਟ, ਰੰਗ ਬਿਰੰਗੇ ਸੂਟ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ। ਦੇਖੋ ਜੀ ਰੇਟ ਇਹਨਾਂ ਦਾ ਇੱਧਰ 250, ਉੱਧਰ ਹੈਗੇ 350। ਪਿੱਛੇ ਤੁਸੀਂ ਇੱਥੋਂ ਲਹਿੰਗੇ, ਗਾਊਨ, ਗਰਾਰੇ, ਸ਼ਰਾਰੇ, ਹੋਰ ਪਾਰਟੀ ਵੇਅਰ ਸੂਟ, ਲਹਿੰਗੇ ਵੀ ਤੁਸੀਂ ਲੈ ਕੇ ਜਾ ਸਕਦੇ। ਭਾਅ ਜੀ ਸ਼ੋਪ ਦਾ ਨਾਮ ਕੀ ਹੈ ਜੀ? ਦਵਿੰਦਰ ਰੈਡੀਮੇਡਸ, ਚੌੜਾ ਬਾਜ਼ਾਰ ਲੁਧਿਆਣਾ ਜੀ ਦੇ ਇੱਥੋਂ ਸ਼ੁਰੂ ਹੁੰਦਾ ਜੀ, ਨਾਲ ਹੀ ਸ਼ੋਪ ਆ ਜਾਂਦੀ ਹੈ ਜੀ। ਇੱਥੋਂ ਆਣ ਕੇ ਤੁਸੀਂ ਆਪਣੇ ਮਨਪਸੰਦ ਦੇ ਕੱਪੜੇ ਲੈ ਕੇ ਜਾ ਸਕਦੇ ਹੋ ਜੀ। ਲਓ ਜੀ ਇੱਧਰ ਆ ਗਏ ਜੀ ਪਾਰਟੀ ਵੇਅਰ ਪੈਂਟਾਂ ਮੁੰਡਿਆਂ ਵਾਸਤੇ, ਤੁਸੀਂ ਦੇਖ ਸਕਦੇ ਹੋ ਕੋਟਨ ਦੀਆਂ ਪੈਂਟਾਂ, ਪਾਰਟੀ ਵੇਅਰ ਪੈਂਟਾਂ ਬਹੁਤ ਹੀ ਸੋਹਣੀਆਂ ਸੋਹਣੀਆਂ ਲੈ ਕੇ ਜਾ ਸਕਦੇ ਹੋ ਜੀ। ਕਲਰ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਸਾਈਜ਼ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ ਜੀ। ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 350 ਰੁਪਏ ਦੇ ਵਿੱਚ ਸੇਲ ਲੱਗ ਚੁੱਕੀ ਹੈ। ਬਾਸਕਟ ਲੈਣਾ ਚਾਹੋ, ਕੋਟ ਪੈਂਟ ਲੈਣਾ ਚਾਹੋ, ਇੱਧਰ ਆਪਣੇ ਹੋਰ ਵੀ ਕੋਟ ਪੈਂਟ ਵੀ ਹੈਗੇ। ਭਾਅ ਜੀ ਕਿੰਨੇ 'ਚ ਸ਼ੁਰੂ ਹੋ ਰਿਹਾ ਆਪਣੇ ਕੋਲ ਕੋਟ ਪੈਂਟ ਜੀ? 1000 ਰੁਪਏ ਦਾ ਜੀ, ਅਤੇ 2 ਪੀਸ ਆ 3 ਪੀਸ ਆ? ਸੋ ਦੋਸਤੋ ਭਾਅ ਜੀ ਉਹਨਾਂ ਕੋਲ ਕੋਟ ਪੈਂਟ ਵੀ ਲੈ ਕੇ ਜਾ ਸਕਦੇ ਹੋ। ਭਾਅ ਜੀ ਇਹਨਾਂ ਦਾ ਰੇਟ ਕੀ ਹੈ ਜੀ? ਸ਼ੇਰਵਾਨੀ ਆ ਗਈਆਂ, ਕੀ ਰੇਟ ਹੈ ਜੀ ਇਹਨਾਂ ਦਾ? ਅੱਛਾ ਜੀ ਕੋਈ 2500, ਕੋਈ 3000, ਅਲੱਗ ਅਲੱਗ ਰੇਟ ਤੁਹਾਨੂੰ ਮੇਰੇ ਤੋਂ ਇੱਥੋਂ ਮਿਲ ਜੂਗਾ ਜੀ। ਭਾਅ ਜੀ ਸ਼ੋਪ ਦਾ ਨਾਮ ਦੱਸੋ ਜੀ ਪਹਿਲੇ। ਅੰਬਿਕਾ ਗਾਰਮੈਂਟਸ ਚੌੜਾ ਬਾਜ਼ਾਰ ਲੁਧਿਆਣਾ। ਭਾਅ ਜੀ ਉਹਨਾਂ ਕੋਲ ਪਜਾਮੇ ਮਿਲ ਜਾਣਗੇ, ਕੋਟ ਪੈਂਟ ਮਿਲ ਜਾਣਗੇ, ਟੀ ਸ਼ਰਟਾਂ ਮਿਲ ਜਾਣਗੀਆਂ ਜੀ। ਆਹ ਦੇਖੋ ਜੀ ਤੁਸੀਂ ਇੱਥੋਂ ਆਣ ਕੇ ਪਾਰਟੀ ਵੇਅਰ ਪੈਂਟਾਂ ਵੀ ਲੈ ਕੇ ਜਾ ਸਕਦੇ ਹੋ ਜੀ। ਭਾਅ ਜੀ ਇੱਧਰ ਆ ਗਏ ਜੀਨ ਦੀਆਂ ਪੈਂਟਾਂ ਆ ਗਈਆਂ ਜੀ ਮੁੰਡਿਆਂ ਵਾਸਤੇ, ਖੁੱਲੀਆਂ ਡੁੱਲੀਆਂ, ਨੈਰੋ, ਜਿਹੋ ਜੀ ਮਰਜ਼ੀ ਲੈ ਜਾਓ ਜੀਨ ਦੀਆਂ ਪੈਂਟਾਂ ਨਵੀਆਂ। ਰੇਟ ਇਹਨਾਂ ਦਾ ਲੱਗੂਗਾ ਜੀ 350 ਜੀ 350। ਆ ਦੇਖੋ ਜੀ ਲੋਕੇਸ਼ਨ ਪਿੱਛੇ ਹੈਗੀ ਹੈ ਜੀ ਡਰਾਈ ਫਰੂਟ ਸ਼ੋਪ ਅੰਬਿਕਾ ਗਾਰਮੈਂਟਸ ਦੇ ਬਿਲਕੁਲ ਨਾਲ। ਭਾਅ ਜੀ ਉਹਨਾਂ ਕੋਲ ਜੀਨ ਦੀਆਂ ਪੈਂਟਾਂ ਤੁਸੀਂ ਲੈ ਕੇ ਜਾ ਸਕਦੇ, ਨਵਾਂ ਨਵਾਂ ਮਾਲ ਆ ਗਿਆ ਜੀ ਅਜੇ ਭਾਅ ਜੀ ਉਹਨੀ ਖੋਲ ਰਹੇ। ਭਾਅ ਜੀ 350 ਨਾ ਜੀ, 350 ਜੀ 350। ਲਓ ਜੀ ਇੱਧਰ ਆ ਗਿਆ ਜੀ ਕਮੀਜ਼ਾਂ, ਚਿੱਟੀਆਂ ਕਮੀਜ਼ਾਂ ਲਓ ਜੀ। ਆਹ ਦੇਖੋ ਜੀ ਵਾਈਟ ਸ਼ਰਟਾਂ, ਹਾਫ ਸਲੀਵ, ਫੁੱਲ ਸਲੀਵ, ਜਿਹੋ ਜੀ ਮਰਜ਼ੀ ਲੈ ਜਾਓ ਜੀ। ਕੋਟਨ ਦੀਆਂ ਬਹੁਤ ਹੀ ਵਧੀਆ ਕਮੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਭਾਅ ਜੀ ਕੀ ਰੇਟ ਲੱਗੂਗਾ ਜੀ? ਸਿਰਫ 100 ਰੁਪਈਆ ਜੀ। ਭਾਅ ਜੀ ਪਜਾਮੇ ਵੀ ਚਿੱਟੇ? ਅੱਛਾ ਜੀ 150 ਜੀ ਪਜਾਮਾ ਚਿੱਟਾ ਤੁਸੀਂ ਲੈ ਕੇ ਜਾਣਾ ਚਾਹੋ ਵੀ ਲੈ ਕੇ ਜਾ ਸਕਦੇ ਹੋ ਜੀ 100 ਰੁਪਏ ਦੇ ਵਿੱਚ। ਚਿੱਟੀਆਂ ਕਮੀਜ਼ਾਂ ਦੇਖੋ ਜੀ ਆਫਿਸ ਵਾਸਤੇ, ਵਰਦੀ ਵਾਸਤੇ ਤੁਸੀਂ ਲੈ ਕੇ ਜਾ ਸਕਦੇ। ਢੇਰ ਲੱਗਾ ਪਿਆ ਇੱਥੇ ਭਾਅ ਜੀ ਉਹਨਾਂ ਕੋਲੋਂ, ਤੁਹਾਨੂੰ ਮੈਂ ਪਿੱਛੇ ਹੋ ਕੇ ਦਿਖਾਉਣਾ ਜੀ ਇੱਕ ਵਾਰੀ ਸਾਰੀ ਲੋਕੇਸ਼ਨ, ਨਾਲੇ ਤੁਹਾਨੂੰ ਪਤਾ ਲੱਗ ਜੂਗੀ। ਇੱਧਰੋਂ ਆਹ ਦੇਖੋ ਜੀ ਇੱਧਰੋਂ ਤੁਹਾਨੂੰ ਮਿਲ ਜਾਣਗੀਆਂ ਜੀਨ ਦੀਆਂ ਪੈਂਟਾਂ, ਅਤੇ ਇੱਧਰੋਂ ਤੁਹਾਨੂੰ ਮਿਲ ਜਾਣਗੀਆਂ ਚਿੱਟੀਆਂ ਕਮੀਜ਼ਾਂ। ਆਹ ਦੇਖੋ ਜੀ ਢੇਰ ਲੱਗਾ ਪਿਆ 100 ਰੁਪਏ। ਭਾਅ ਜੀ ਫੁੱਲ ਵਾਜ ਵੀ 100 ਰੁਪਈਆ ਜੀ। ਭਾਅ ਜੀ ਹੁਣੀ ਹਰ ਐਤਵਾਰ ਇੱਥੇ ਹੁੰਦੇ ਆ ਜੀ, ਇੱਥੇ ਆਣ ਕੇ ਤੁਸੀਂ ਕਮੀਜ਼ਾਂ ਲੈ ਕੇ ਜਾ ਸਕਦੇ ਹੋ। ਟਾਈ ਵਾਲੀਆਂ ਲੈ ਕੇ ਜਾਣਾ ਚਾਹੋ, ਇਹਨਾਂ ਦਾ ਰੇਟ ਭਾਅ ਜੀ 200 ਰੁਪਈਆ ਜੀ। ਆਹ ਦੇਖੋ ਜੀ ਟਾਈ ਵਾਲੀਆਂ ਤੁਹਾਨੂੰ ਮਿਲ ਜਾਣਗੀਆਂ 200।
ਹਾਂਜੀ, ਟਾਈ ਵਾਲੀਆਂ ਤੁਹਾਨੂੰ ਮਿਲ ਜਾਣਗੀਆਂ 200 ਰੁਪਏ ਦੇ ਵਿੱਚ। ਇੱਧਰ ਆ ਗਈ ਹੈ ਜੀ ਸੇਲ ਜੁੱਤੀਆਂ ਦੀ, ਪਾਰਟੀ ਵੇਅਰ ਜੁੱਤੀਆਂ ਆ ਗਈਆਂ ਜੀ। ਆ ਦੇਖੋ ਜੀ, ਬਹੁਤ ਹੀ ਸੋਹਣੀਆਂ ਸੋਹਣੀਆਂ ਪਾਰਟੀ ਵੇਅਰ। ਸ਼ੋਅਰੂਮ ਦਾ ਮਾਲ ਬਾਹਰ ਲੱਗ ਰਿਹਾ ਜੀ, ਸੰਤ ਫੁੱਟਵੇਅਰ ਚੌੜਾ ਬਾਜ਼ਾਰ ਲੁਧਿਆਣਾ। ਭਾਈ 500 ਤੋਂ ਸ਼ੁਰੂ ਹੋ ਰਿਹਾ ਜੀ। ਲਓ ਜੀ ਭਾਈ ਹੁਣੀ ਜੀ ਮਾਲ ਲਗਾ ਰਿਹਾ। ਦੇਖੋ ਜੀ ਤੁਹਾਨੂੰ ਮੈਂ ਵਰਾਇਟੀ ਇੱਕ ਲਾਗੇ ਕਰਕੇ ਦਿਖਾਵਾਂ। ਦੇਖੋ ਜੀ ਬਹੁਤ ਹੀ ਵਧੀਆ ਕੁਆਲਿਟੀ ਹੈਗੀ ਹੈ ਜੀ। ਸਾਈਜ਼ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, 10 ਨੰਬਰ ਤੱਕ ਮਿਲ ਜੂਗਾ ਜੀ। ਲਓ ਜੀ 10 ਨੰਬਰ ਤੱਕ ਸਾਈਜ਼ ਮਿਲ ਜੂਗਾ ਜੀ। ਦੇਖੋ ਜੀ ਬਹੁਤ ਹੀ ਸੋਹਣੇ ਸੋਹਣੇ ਗਰਗਾਬੀਆਂ ਪਾਰਟੀ ਵੇਅਰ, ਵਿਦਆਊਟ ਲੇਜ਼ ਵਾਲੇ ਤੋਂ ਵੀ ਲੈ ਕੇ ਜਾ ਸਕਦੇ। ਰੇਟ ਇਹਨਾਂ ਦਾ ਲੱਗੂਗਾ ਜੀ ਪਰ ਜੋੜਾ 500 ਰੁਪਇਆ। ਲਓ ਜੀ ਸਪੋਰਟਸ ਵੀ ਆ ਗਏ ਜੀ। ਦੇਖੋ ਜੀ ਸਪੋਰਟਸ ਸ਼ੂਜ਼ ਵੀ ਆ ਗਏ ਮੁੰਡਿਆਂ ਵਾਸਤੇ। ਲਓ ਜੀ ਆ ਦੇਖੋ ਜੀ ਵਰਾਇਟੀ, ਤੁਸੀਂ ਦੇਖੋ ਜੀ ਡਿਜ਼ਾਇਨ, ਦੇਖੋ ਜੀ ਕਲਰ, ਦੇਖੋ ਜੀ ਇੱਕ ਤੋਂ ਇੱਕ। ਜਿਹਨੂੰ ਮੇਰੇ ਵੀਰਾਂ ਨੂੰ ਇੱਦਾਂ ਦੇ ਪਸੰਦ ਆ ਇੱਦਾਂ ਦੇ ਵੀ ਲੈ ਕੇ ਜਾ ਸਕਦੇ ਹੋ ਜੀ। 500 ਰੁਪਇਆ ਚੱਕੋ ਜੀ, 500 ਆ ਵੀ ਚੱਕੋ ਜੀ, 500। ਸੰਤ ਫੁੱਟਵੇਅਰ ਚੌੜਾ ਬਾਜ਼ਾਰ ਲੁਧਿਆਣਾ। ਸ਼ੋਅਰੂਮ ਦਾ ਮਾਲ ਬਾਹਰ ਸੇਲ 'ਚ ਲੱਗਦਾ ਜੀ, ਹਰ ਐਤਵਾਰ ਸ਼ੋਅਰੂਮ ਡੇਲੀ ਓਪਨ ਹੁੰਦਾ ਜੀ। ਸ਼ੋਅਰੂਮ ਦੇ ਵਿੱਚੋਂ ਅੰਦਰੋਂ ਸਮਾਨ ਲੈਣਾ ਚਾਹੋ ਲੈ ਕੇ ਜਾ ਸਕਦੇ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਠਾਕ ਜੀ। 300 ਰੁਪਇਆ ਸੇਲ ਜੀ। ਅੱਛਾ ਜੀ, ਲਓ ਜੀ ਆਹ ਦੇਖੋ ਜੀ ਹੁਣ ਇੱਧਰ ਆ ਗਈਆਂ ਮੇਰੀਆਂ ਭੈਣਾਂ ਵਾਸਤੇ ਸਲੀਪਰ ਆ ਗਈਆਂ, ਜੁੱਤੀਆਂ ਆ ਗਈਆਂ, ਸੈਂਡਲ ਆ ਗਏ ਜੀ ਵੱਖਰੇ ਵੱਖਰੇ ਡਿਜ਼ਾਈਨ ਦੇ ਵਿੱਚ, ਤੁਸੀਂ ਲੈ ਕੇ ਜਾ ਸਕਦੇ ਹੋ ਜੀ। ਆਹ ਦੇਖੋ ਜੀ ਹਾਂਜੀ ਪੰਜਾਬੀ ਜੁੱਤੀ ਵੀ ਦਿਖਾਉਂਦੇ ਹਾਂ। ਦੇਖੋ ਜੀ ਪਹਿਲਾਂ ਇੱਧਰ ਦਿਖਾ ਦਈਏ, ਆਹ ਦੇਖੋ ਜੀ ਸੈਂਡਲ। ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 300 ਰੁਪਇਆ ਸੇਲ, 300 ਰੁਪਇਆ ਪੰਜਾਬੀ ਜੁੱਤੀ ਵੀ ਭਾਅ ਜੀ 300 ਚ। ਲਓ ਜੀ ਆਹ ਦੇਖੋ ਜੀ ਪੰਜਾਬੀ ਜੁੱਤੀ, ਇਹਦਾ ਰੇਟ ਵੀ ਤੁਹਾਨੂੰ ਲੱਗੂਗਾ ਜੀ 300 ਰੁਪਇਆ। 300 ਰੁਪਏ ਦੇ ਵਿੱਚ ਪੰਜਾਬੀ ਜੁੱਤੀਆਂ, ਆਹ ਵੀ ਚੱਪਲ ਤੁਹਾਨੂੰ ਮਿਲ ਜੂਗੀ 300 300 300 ਜੀ। ਉਸ ਤੋਂ ਅੱਗੇ 200 ਵਾਲੀ ਵੀ ਵਰਾਇਟੀ ਵੀ ਹੈਗੀ ਹੈ ਜੀ। ਆਹ ਦੇਖੋ ਜੀ 200 ਰੁਪਏ ਦੇ ਵਿੱਚ ਸੇਲ ਲੱਗ ਚੁੱਕੀ ਹੈ ਜੀ, ਜਿਹੜੀ ਮਰਜ਼ੀ ਲੈ ਜਾਓ ਜੀ। ਆਹ ਦੇਖੋ ਜੀ ਸੇਲ 200 ਰੁਪਇਆ ਭਾਈ, ਇੱਦਾਂ ਦੀ ਆ 200 ਰੁਪਏ 'ਚ ਮਿਲਣਗੀਆਂ ਜੀ ਹੁਣ। ਹਾਂ ਦੇਖੋ ਜੀ ਇੱਦਾਂ ਦੀ ਆ ਤੁਹਾਨੂੰ ਪਾਰਟੀ ਵੇਅਰ ਸੈਂਡਲ, ਬ੍ਰਾਈਡਲ ਸੈਂਡਲ, ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਇਆ ਜੀ। ਇੱਥੋਂ ਆਣ ਕੇ ਤੁਸੀਂ ਆਪਣੇ ਮਨਪਸੰਦ ਦੀਆਂ ਜੁੱਤੀਆਂ ਲੈ ਕੇ ਜਾ ਸਕਦੇ ਹੋ ਜੀ। ਲਓ ਜੀ ਜੀਨ ਦੀਆਂ ਪੈਂਟਾਂ ਹੋਰ ਆ ਗਏ, ਵਾਸ਼ੇਬਲ ਪੈਂਟਾਂ ਮੁੰਡਿਆਂ ਵਾਸਤੇ ਖੁੱਲੀਆਂ ਡੁੱਲੀਆਂ। ਰੇਟ 400 400 ਜੀ 400 ਸੇਲ ਲੱਗਦੀ ਹੈ ਜੀ ਹਰ ਐਤਵਾਰ 400 400 ਰੁਪਏ ਦੇ ਵਿੱਚ। ਸਾਈਜ਼ ਸਾਰੇ ਮਿਲ ਜਾਣਗੇ ਜੀ ਹੱਥ, 30 ਤੋਂ ਲੈ ਕੇ ਕਿੰਨੇ ਨੰਬਰ ਤੱਕ? 36 ਨੰਬਰ ਤੱਕ ਸਾਈਜ਼ ਮਿਲ ਜੂਗਾ ਜੀ 400 ਰੁਪਇਆ। ਲਓ ਜੀ 400 400 ਰੁਪਏ ਦੇ ਵਿੱਚ ਖੁੱਲੀਆਂ ਡੁੱਲੀਆਂ ਪੈਂਟਾਂ ਜੀਨ ਦੀਆਂ ਮੁੰਡਿਆਂ ਵਾਸਤੇ ਤੁਸੀਂ ਇੱਧਰੋਂ ਲੈ ਕੇ ਜਾ ਸਕਦੇ ਹੋ ਜੀ। ਇੱਧਰ ਤੁਸੀਂ ਕੋਟਨ ਦੀਆਂ ਪੈਂਟਾਂ ਵੀ ਲੈ ਕੇ ਜਾ ਸਕਦੇ ਹੋ। ਕਿੰਨੇ ਜੀ? 350 ਰੁਪਏ। ਲਓ ਜੀ ਦੇਖੋ ਜੀ ਕੋਟਨ ਦੀਆਂ ਪੈਂਟਾਂ ਪਾਰਟੀ ਵੇਅਰ ਪੈਂਟਾਂ ਆ ਗਈਆਂ ਜੀ 350 ਰੁਪਏ ਦੇ ਵਿੱਚ। ਕਲਰ ਆਪਸ਼ਨਸ ਤੁਸੀਂ ਦੇਖੋ ਜੀ, ਹਾਂਜੀ ਕਲਰ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, ਡਿਜ਼ਾਈਨ ਵੱਖਰੇ ਵੱਖਰੇ ਮਿਲ ਜਾਣਗੇ ਜੀ। ਢੇਰ ਲੱਗਾ ਪਿਆ ਜੀ ਇੱਥੇ, ਇੱਧਰੋਂ ਜੀਨ ਦੀਆਂ ਪੈਂਟਾਂ ਜੀ, ਇੱਧਰੋਂ ਪਾਰਟੀ ਵੇਅਰ ਪੈਂਟਾਂ ਲੈ ਕੇ ਜਾਣਾ ਚਾਹੋ ਤਾਂ ਲੈ ਕੇ ਜਾ ਸਕਦੇ ਹੋ। ਦੇਖੋ ਜੀ ਲੋਕੇਸ਼ਨ ਤੁਹਾਨੂੰ ਮੈਂ ਦਿਖਾ ਦਾਂ, ਚੌੜਾ ਬਾਜ਼ਾਰ ਤੋਂ ਇੱਧਰੋਂ ਜਦੋਂ ਕਿੱਥੋਂ ਘੰਟਾ ਘਰ ਤੋਂ ਆਪਾਂ ਅੱਗੇ ਆਉਂਦੇ ਹਾਂ ਸੱਜੇ ਹੱਥ ਭਾਜੀ ਹੁਣੀ ਹਰ ਐਤਵਾਰ ਇੱਥੇ ਹੁੰਦੇ ਆ ਜੀ। ਆਹ ਦੇਖੋ ਜੀ ਪਿੱਛੇ ਲੋਕੇਸ਼ਨ ਤੁਸੀਂ ਦੇਖ ਲਓ ਜੀ, ਡਰਾਈ ਫਰੂਟ ਦੀ ਸ਼ੋਪ ਹੈਗੀ ਹੈ ਜੀ, ਇੱਥੋਂ ਆਣ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ। ਲਓ ਜੀ ਇੰਡੀਅਨ ਆਰਮੀ ਸਟੋਰ ਚੌੜਾ ਬਾਜ਼ਾਰ ਲੁਧਿਆਣਾ, ਇੱਥੇ ਤੁਹਾਨੂੰ ਮਿਲ ਜਾਣਗੀਆਂ ਸੋਹਣੀਆਂ ਸੋਹਣੀਆਂ ਕਮੀਜ਼ਾਂ ਮੁੰਡਿਆਂ ਵਾਸਤੇ। ਆਹ ਦੇਖੋ ਜੀ ਪ੍ਰਿੰਟਡ ਲਾਈਨਾਂ ਵਾਲੀਆਂ ਚੈੱਕ 'ਚ ਫੁੱਲ ਸਲੀਵ ਸ਼ਰਟਸ ਤੁਸੀਂ ਲੈ ਕੇ ਜਾ ਸਕਦੇ ਹੋ। ਡਿਸਪਲੇ ਵੀ ਤੁਹਾਨੂੰ ਦਿਖਾਤੀ ਪਿੱਛੇ, ਇੱਧਰ ਵੀ ਤੁਹਾਨੂੰ ਦਿਖਾ ਦਈਏ ਢੇਰ ਲੱਗਾ ਪਿਆ ਜੀ ਮੁੰਡਿਆਂ ਵਾਸਤੇ ਕਮੀਜ਼ਾਂ। ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਇਆ ਜੀ, 200 ਰੁਪਏ ਦੇ ਵਿੱਚ ਕਮੀਜ਼ਾਂ ਦੀ ਸੇਲ ਆ ਗਈ ਹੈ ਜੀ। ਸਾਈਜ਼ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਜੀ, ਇੱਧਰੋਂ ਨਾਲ ਹੀ ਤੁਹਾਨੂੰ ਮਿਲ ਜਾਣਗੇ ਪਜਾਮੇ। ਆ ਦੇਖੋ ਜੀ ਪਜਾਮੇ ਮਿਲ ਜਾਣਗੇ NS ਕੱਪੜੇ ਦੇ ਵਿੱਚ, ਖੁੱਲ੍ਹੇ ਡੁੱਲੇ ਪਜਾਮੇ ਮੁੰਡਿਆਂ ਵਾਸਤੇ ਆ ਗਏ ਜੀ। ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਇਆ। ਤੁਸੀਂ ਦੇਖੋ ਜੀ 200 ਰੁਪਏ ਦੇ ਵਿੱਚ ਪਜਾਮੇ, ਤੁਸੀਂ ਇੱਧਰੋਂ ਸ਼ਰਟਸ ਤੁਸੀਂ ਲੈ ਕੇ ਜਾ ਸਕਦੇ ਹੋ। ਲੋਕੇਸ਼ਨ ਤੁਹਾਨੂੰ ਮੈਂ ਦਿਖਾ ਦਿੱਤੀ ਹੈ ਜੀ ਸ਼ੋਪ ਦੀ, ਇੱਧਰ ਹੋਰ ਵੀ ਪਜਾਮੇ ਲੱਗ ਚੁੱਕੇ ਜੀ, ਟੈਡੀ ਵੇਅਰ ਵਾਲੇ ਪਜਾਮੇ ਆ ਦੇਖੋ ਟ੍ਰੈਂਡਿੰਗ ਦੇ ਵਿੱਚ ਜਿਹੜੇ ਚੱਲਦੇ ਆ ਜੀ 200 ਰੁਪਇਆ ਜੀ। ਆਹ ਦੇਖੋ ਜੀ 200 200 ਰੁਪਏ ਦੇ ਵਿੱਚ ਇੱਧਰ ਵੀ ਤੁਹਾਨੂੰ ਲੋਅਰ ਮਿਲ ਜਾਣਗੇ ਜੀ ਮੁੰਡਿਆਂ ਵਾਸਤੇ। ਕਮੀਜ਼ਾਂ ਕਿੰਨੇ ਜੀ? ਲਓ ਜੀ ਸ਼ਰਟਾਂ ਲੈ ਕੇ ਜਾ ਸਕਦੇ 300 300 ਰੁਪਏ ਦੇ ਵਿੱਚ, ਸ਼ਾਰਟਸ ਟੀ ਸ਼ਰਟਾਂ
ਇੱਧਰ ਹੋਰ ਵੀ ਕਾਫੀ ਕੁਛ ਜੀਨ ਦੀਆਂ ਪਿੰਡਾਂ ਵੀ ਤੁਹਾਨੂੰ ਇੱਧਰੋਂ ਮਿਲ ਜਾਣਗੀਆਂ ਜੀ। ਆਹ ਦੇਖੋ ਜੀ ਮੁੰਡਿਆਂ ਵਾਸਤੇ ਪੂਰਾ ਕੋਰ ਸੈੱਟ ਆ ਗਿਆ ਜੀ। ਆਹ ਦੇਖੋ ਉੱਪਰ ਹੈਗੀ ਹੈ ਸ਼ਰਟ, ਥੱਲੇ ਮੈਚਿੰਗ ਵਾਲੀ ਨਿੱਕਰ, ਰੇਟ ਤੁਹਾਨੂੰ ਲੱਗੂਗਾ ਜੀ 350। ਲਓ ਜੀ 350 ਦੇ ਵਿੱਚ ਪੂਰਾ ਸੈੱਟ ਤੁਸੀਂ ਮੇਰੇ ਵੀਰ ਲੈ ਕੇ ਜਾਣਾ ਚਾਹੋ ਤਾਂ ਲੈ ਕੇ ਜਾ ਸਕਦੇ ਹੋ ਜੀ। ਰੰਗ ਤੁਹਾਨੂੰ ਮਿਲ ਜਾਣਗੇ ਜੀ ਵੱਖਰੇ ਵੱਖਰੇ। ਆਹ ਦੇਖੋ ਜੀ ਇੱਧਰ ਸ਼ਰਟਾਂ ਲੱਗੀਆਂ ਹੋਈਆਂ ਜੀ ਕੋਟਨ ਦੀਆਂ, ਰੇਟ ਇਹਨਾਂ ਦਾ ਲੱਗੂਗਾ ਜੀ ਪਰ ਪੀਸ 200-200 ਰੁਪਏ ਦੇ ਵਿੱਚ। ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਜੀ ਪਜਾਮੇ, ਟੀ ਸ਼ਰਟਾਂ, ਕਮੀਜ਼ਾਂ। ਇੱਧਰ ਭਾਅ ਜੀ ਉਹਨਾਂ ਕੋਲ ਮਿਲ ਜਾਣਗੀਆਂ 250-250 ਰੁਪਏ ਦੇ ਵਿੱਚ ਕਿੱਟਾਂ, ਬੈਗ ਮਿਲ ਜਾਣਗੇ, ਲੇਡੀਜ਼ ਪਰਸ। ਭਾਅ ਜੀ ਉਹਨਾਂ ਕੋਲ ਭਾਅ ਜੀ ਕਿੱਥੋਂ ਸ਼ੁਰੂ ਹੁੰਦੇ ਆਪਣੇ ਕੋਲ ਜੀ? 100 ਰੁਪਏ। ਅੱਛਾ ਜੀ, ਲਓ ਜੀ ਦੇਖੋ ਜੀ 100 ਰੁਪਏ ਤੋਂ ਸ਼ੁਰੂ ਹੁੰਦੇ ਆ ਜੀ ਲੇਡੀਜ਼ ਪਰਸ। 250 ਰੁਪਏ ਤੱਕ ਵੱਡੇ ਪਰਸ ਤੁਹਾਨੂੰ ਇੱਥੋਂ ਮਿਲ ਜਾਣਗੇ। ਸੇਲ ਲਾਉਂਦੇ ਹੁੰਦੇ ਆ ਜੀ, ਡੇਲੀ ਹੁੰਦੇ ਆ ਜੀ ਹਰ ਐਤਵਾਰ ਡੇਲੀ? ਹਾਂ ਜੀ ਹੁਣੀ ਡੇਲੀ ਇੱਥੇ ਹੁੰਦੇ ਆ ਜੀ ਚੌੜਾ ਬਾਜ਼ਾਰ ਦੀ ਮਾਰਕੀਟ ਦੇ ਵਿੱਚ। ਇੱਥੋਂ ਆਣ ਕੇ ਤੁਸੀਂ ਮੇਰੀਆਂ ਭੈਣਾਂ ਸ਼ੋਪਿੰਗ ਕਰ ਸਕਦੀਆਂ ਜੀ। ਲਓ ਜੀ ਇੱਧਰ ਤੁਹਾਨੂੰ ਆਹ ਦੇਖੋ ਜੀ ਫੈਂਸੀ ਜੁੱਤੀਆਂ ਮਿਲ ਜਾਣਗੀਆਂ ਕੁੜੀਆਂ ਵਾਸਤੇ। ਸੇਲ ਲੱਗਦੀ ਹੈ ਜੀ ਹਰ ਰੋਜ਼ ਚੌੜੇ ਬਾਜ਼ਾਰ ਦੇ ਵਿੱਚ। ਦੇਖੋ ਜੀ ਵੱਖਰੇ ਵੱਖਰੇ ਡਿਜ਼ਾਈਨ ਦੇ ਵਿੱਚ 200 ਰੁਪਏ ਤੋਂ ਸ਼ੁਰੂ ਹੋ ਰਹੀਆਂ ਜੀ। 200 ਕੋਈ 250 ਅਲੱਗ ਅਲੱਗ ਰੇਟ ਤੁਹਾਨੂੰ ਮਿਲ ਜਾਣਗੇ। ਆਹ ਕੋਲਾਪੁਰੀ ਹੈ, ਕੋਲਾਪੁਰੀ ਇਹ 200 'ਚ। ਆਹ ਦੇਖੋ ਜੀ ਇੱਧਰ ਹੋਰ ਕੋਲਾਪੁਰੀ ਜਿਹੜੀ ਚੱਪਲ ਚੱਲਦੀ ਹੁੰਦੀ ਆ ਦੇਖੋ ਜੀ ਕੁੜੀਆਂ ਵਾਸਤੇ। ਲਓ ਜੀ 250 ਰੁਪਏ ਦੇ ਵਿੱਚ ਕੋਲਾਪੁਰੀ ਸਟਾਈਲ ਚੱਪਲ। ਇਹ ਕਿਹੜਾ ਸਟਾਈਲ ਆ ਜੀ? ਇਹ ਵੀ ਅੱਛਾ ਘੁੰਗਰੂ ਵਾਲੀ। ਇਹਦਾ ਰੇਟ ਤੁਹਾਨੂੰ ਲੱਗੂਗਾ ਜੀ 250 ਰੁਪਇਆ। ਲਓ ਜੀ ਆਹ ਦੇਖੋ, ਹਾਂ ਮਿਰਰ ਵਰਕ 'ਚ 200-250 ਜੀ। ਆਹ ਦੇਖੋ ਜੀ ਤੁਹਾਨੂੰ ਮੈਂ 250 ਵਾਲੀ ਦਿਖਾ ਦਿੱਤੀਆਂ ਜੀ। ਹਾਂਜੀ ਇਹਨਾਂ ਦਾ ਰੇਟ ਜੀ 300 ਰੁਪਏ ਦੇ ਵਿੱਚ ਇਹ ਕਲਰ ਤੁਹਾਨੂੰ। ਹਾਂਜੀ ਅੱਛਾ ਜੀ ਆਹ ਵਾਲੀ 600 'ਚ, ਹੈਂਡ ਵਰਕ ਵਾਲੀ 300 'ਚ ਮਿਲ ਜੂਗੀ। ਹੋਰ ਵੀ ਕਾਫੀ ਸੋਹਣੇ ਸੋਹਣੇ ਯੂਨੀਕ ਸਟਾਈਲ ਹੈਗੇ ਆ ਜੀ। ਅੰਦਰ ਮੋਜੇ ਵੀ ਹੈਗੇ ਭਾਅ ਜੀ। ਮੋਜੇ ਕਿੱਥੋਂ ਸ਼ੁਰੂ ਹੋ ਰਹੇ ਆ ਜੀ ਆਪਣੇ ਕੋਲ? ਲਓ ਜੀ ਆਹ ਦੇਖੋ ਜੀ ਕੁੜੀਆਂ ਵਾਸਤੇ ਮੋਜੇ ਆ ਗਏ ਜੀ ਪੰਜਾਬੀ ਸੂਟ ਨਾਲ। ਹਾਂਜੀ 200 ਰੁਪਏ ਦੀ ਸਟਾਰਟਿੰਗ ਹੋ ਜਾਂਦੀ ਹੈ। ਠੀਕ ਹੈ ਜੀ ਇਸ ਤਰ੍ਹਾਂ ਦੀ ਲੈਣ ਦੀ ਚੱਲੀ। ਹਾਂਜੀ 250 ਰੁਪਏ ਦੇ ਵਿੱਚ ਆਈ। ਓਕੇ ਜੀ ਆਹ ਦੇਖੋ ਜੀ 250 ਵਾਲੀ ਦਿਖਾ ਰਹੇ ਹਾਂ ਤੁਹਾਨੂੰ, ਉੱਪਰ ਵਾਲੀ ਘੁੰਗਰੂ ਵਾਲੀ ਆ ਗਈ ਜੀ। ਘੁੰਗਰੂ ਵਾਲੀ ਲੈਣੀ ਹੈ ਜੀ 350 ਰੁਪਏ ਦੇ ਵਿੱਚ। ਅੱਛਾ ਜੀ 350 ਰੁਪਇਆ। ਠੀਕ ਹੈ ਜੀ ਬਾਕੀ ਆ ਹੈਂਡਵਰਕ 'ਚ ਇਹ 450 ਦਾ। ਓਕੇ ਜੀ ਓਕੇ ਆਹ ਦੇਖੋ ਜੀ 450 ਵਾਲੀਆਂ ਵੀ ਹੈਗੀਆਂ ਜੀ। ਜਿੱਦਾਂ ਦਾ ਤੁਹਾਡਾ ਬਜਟ ਹੈਗਾ ਉੱਦਾਂ ਦਾ ਤੁਹਾਨੂੰ ਇੱਥੋਂ ਜੁੱਤੀਆਂ ਮਿਲ ਜਾਣਗੀਆਂ, ਮੋਜੇ ਮਿਲ ਜਾਣਗੇ। ਹੋਰ ਫੈਂਸੀ ਲੈਣਾ ਚਾਹੋ ਤਾਂ ਹੋਰ ਫੈਂਸੀ ਵੀ। ਹਾਂਜੀ ਜੀ ਠੀਕ ਹੈ ਜੀ ਆਹ 550 'ਚ ਪਾਕਿਸਤਾਨੀ ਜੀ। ਆਹ ਦੇਖੋ ਜੀ 550 'ਚ ਪਾਕਿਸਤਾਨੀ ਲੈ ਕੇ ਜਾ ਸਕਦੇ ਹੋ। ਉੱਪਰ ਵਾਲੀਆਂ ਲਓ ਜੀ ਹੋਰ ਫੈਂਸੀ ਆ ਗਈਆਂ ਜੀ ਦੇਖੋ। ਹਾਂਜੀ ਇਹ ਰੇਟ ਜੀ ਇਹਦਾ 650 ਪਿਓਰ ਲੈਦਰ ਨਾਲ ਜੈਨੂਅਨ ਜੁੱਤੀ। ਲਓ ਜੀ ਜੈਨੂਅਨ ਪਿਓਰ ਲੈਦਰ ਰੇਟ ਇਹਦਾ ਲੱਗੂਗਾ ਜੀ 650 ਰੁਪਇਆ ਜੀ। ਇਹ 'ਚ ਨੰਬਰ ਕੋਈ ਹੁੰਦੇ ਕਿ ਫ੍ਰੀ ਸਾਈਜ਼ ਹੁੰਦੇ ਆ? ਸਾਈਜ਼ ਜਿਹੜੇ ਕਹੋਗੇ ਸਾਰੇ ਅਵੇਲੇਬਲ ਆ। ਅੱਛਾ ਅੱਛਾ ਭਾਅ ਜੀ ਹੁਣ ਕੋਲ ਸਾਈਜ਼ ਸਾਰੇ ਮਿਲ ਜਾਣਗੇ ਜੀ ਭਾਈ? ਸਾਰੇ ਸਾਈਜ਼ ਹੈਗੇ ਆ ਬਾਕੀ ਇਹਦੇ ਵਿੱਚ ਡਿਜ਼ਾਈਨਿੰਗ ਆ ਜਾਂਦੀ ਆ ਦੇਖੋ। ਹਾਂਜੀ ਆਓ ਦੇਖੋ ਜੀ ਇਹ ਕੱਟ ਵਰਗ ਦੇ ਵਿੱਚ ਆਈ। ਹਾਂਜੀ ਠੀਕ ਹੈ ਜੀ ਇਹਦਾ ਰੇਟ ਭਾਅ ਜੀ ਕੀ ਲੱਗੂਗਾ ਜੀ? ਸੇਮ ਪ੍ਰਾਈਸ ਜੀ 650 ਰੁਪਇਆ। ਸੋ ਭਾਅ ਜੀ ਹੁਣ ਵਾਲਾ ਦੇਖੋ ਜੀ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਬਹੁਤ ਸੋਹਣੇ ਸੋਹਣੇ। ਭਾਅ ਜੀ ਸ਼ੋਪ ਦਾ ਨਾਮ ਦੱਸਿਓ ਜੀ। ਸ਼ਰਤ ਪੰਜਾਬੀ ਜੁੱਤੀ ਸਟੋਰ। ਸ਼ਰਕ ਪੰਜਾਬੀ ਜੁੱਤੀ ਸਟੋਰ ਡੇਲੀ ਸ਼ੋਪ ਓਪਨ ਹੁੰਦੀ ਹੈ ਜੀ ਇੱਥੋਂ। ਸਿਰਫ ਆਪਣੇ ਲੇਡੀਜ਼ ਜੁੱਤੀਆਂ ਹੁੰਦੀਆਂ ਨੇ, ਬੱਚਿਆਂ ਵਾਸਤੇ ਵੀ ਹੁੰਦੀਆਂ ਨਾ ਆਪਣੇ ਕੋਲ? ਬੱਚੇ ਦੀ, ਲੇਡੀਜ਼, ਜੈਂਟਸ, ਸਲੀਪਰ। ਓਕੇ ਓਕੇ ਠੀਕ ਹੈ ਜੀ। ਆਲਮੋਸਟ ਸਾਰੀ ਵੈਰਾਈਟੀ ਹੁੰਦੀ ਹੈ। ਠੀਕ ਹੈ ਜੀ ਠੀਕ ਆਪਣਾ ਪੇਜ ਵੀ ਹੈਗਾ। ਅੱਛਾ ਜੀ ਸ਼ਰਤ ਪੰਜਾਬੀ ਜੁੱਤੀ ਸਟੋਰ। ਓਕੇ ਓਕੇ ਸੋ ਭਾਈ ਉਹਨਾਂ ਦਾ ਪੇਜ ਵੀ ਹੈਗਾ ਸ਼ਰਕ ਪੰਜਾਬੀ ਜੁੱਤੀ ਦੇ ਨਾਮ ਤੇ ਇੰਸਟਾਗ੍ਰਾਮ ਤੇ, ਤੁਸੀਂ ਉਹ ਵੀ ਜਾ ਕੇ ਚੈੱਕ ਕਰ ਸਕਦੇ ਹੋ, ਫੋਲੋ ਕਰ ਸਕਦੇ ਹੋ। ਸੋ ਭਾਈ ਉਹਨਾਂ ਕੋਲੋਂ ਜੁੱਤੀਆਂ ਦੀ ਲੇਡੀਜ਼ ਵੈਰਾਈਟੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਦੋਸਤੋ ਜੀ। ਆਹ ਦੇਖੋ ਜੀ ਤੁਹਾਨੂੰ ਮੈਂ ਦਿਖਾ ਦਵਾਂ ਉੱਪਰੋਂ ਬੋਰਡ ਸ਼ਰਤ ਪੰਜਾਬੀ ਜੁੱਤੀ। ਆਹ ਦੇਖੋ ਸ਼ਰਤ ਪੰਜਾਬੀ ਜੁੱਤੀ ਸ਼ੂ ਸਟੋਰ, ਇੱਥੋਂ ਆਣ ਕੇ ਤੁਸੀਂ ਕਾਫੀ ਕੁਛ ਲੈ ਕੇ ਜਾ ਸਕਦੇ ਹੋ ਜੀ। ਲਓ ਜੀ 200-200 ਰੁਪਏ ਦੇ ਵਿੱਚ ਸ਼ਰਟਾਂ ਆ ਗਈਆਂ ਜੀ। ਇੱਕ ਮਿੰਟ ਆ ਦੇਖੋ ਜੀ 200-200 ਰੁਪਏ ਦੇ ਵਿੱਚ ਸ਼ਰਟਾਂ, ਪਜਾਮੇ 150 'ਚ ਪਜਾਮੇ ਐਨ ਐਸ ਕੱਪੜੇ ਦੇ ਵਿੱਚ ਮੁੰਡਿਆਂ ਵਾਸਤੇ ਖੁੱਲ੍ਹੇ ਡੁੱਲੇ ਪਜਾਮੇ ਸ਼ਰਟਾਂ ਆ ਗਈਆਂ ਇੱਧਰ 200-200 ਰੁਪਏ ਦੇ ਵਿੱਚ। ਇੱਧਰ ਭਾਅ ਜੀ ਉਹਨਾਂ ਕੋਲ ਪਜਾਮੇ ਮਿਲ ਜਾਣਗੇ ਡਰਾਈ ਫਿੱਟ ਕੱਪੜੇ ਦੇ ਵਿੱਚ। ਭਾਅ ਜੀ ਕੀ ਰੇਟ ਰੱਖਿਆ ਜੀ? 250 ਰੁਪਏ ਦੇ ਵਿੱਚ ਭਾਅ ਜੀ ਹੁਣੀ ਹਰ ਐਤਵਾਰ। ਭਾਅ ਜੀ ਡੇਲੀ ਕਿ ਐਤਵਾਰ ਇਕੱਲੇ?
ਸੋ ਭਾਜੀ ਹੁਣ ਆ ਦੇਖੋ ਜੀ ਡੇਲੀ ਇੱਥੇ ਹੁੰਦੀ ਹੈ, ਐਤਵਾਰ ਆਓ, ਸੋਮਵਾਰ ਆਓ, ਮੰਗਲਵਾਰ ਜਦੋਂ ਮਰਜ਼ੀ ਤੁਸੀਂ ਆਓ ਜੀ। ਡਰਾਈ ਫਿੱਟ ਕੱਪੜੇ ਦੇ ਵਿੱਚ ਪਜਾਮੇ ਤੁਸੀਂ ਲੈ ਕੇ ਜਾ ਸਕਦੇ, ਬਹੁਤ ਹੀ ਸੋਹਣੇ ਸੋਹਣੇ ਸਟਾਈਲ ਆ ਗਏ ਜੀ, 250-250 ਰੁਪਏ ਦੇ ਵਿੱਚ, ਗੋਲ ਪੋਕਿਟ ਦੇ ਵਿੱਚ, ਲੌਂਗ ਪੋਕਿਟ ਦੇ ਵਿੱਚ, ਜਿਹੋ ਜਿਹੇ ਮਰਜ਼ੀ ਲੈ ਜਾਓ ਜੀ, 250 ਰੁਪਏ ਦੇ ਵਿੱਚ ਪਜਾਮੇ। ਹਾਂਜੀ, ਕੀ ਕਰ ਰਹੇ ਸੀਗੇ? ਹਾਂ, ਇੱਧਰ ਪਜਾਮੇ ਹੋਰ ਵੀ ਲੱਗੇ ਹੋਏ ਆ ਜੀ। ਇਹ ਕੀ ਰੇਟ ਰੱਖਿਆ ਇਹਨਾਂ ਦਾ? 250। ਇੱਧਰ ਵੀ 250-250 ਰੁਪਏ ਦੇ ਵਿੱਚ ਪਜਾਮੇ, ਫੋਰ ਪੋਕਿਟ, ਅਲੱਗ ਅਲੱਗ ਸਾਈਜ਼, ਅਲੱਗ ਅਲੱਗ ਡਿਜ਼ਾਈਨ ਤੁਹਾਨੂੰ ਇੱਥੋਂ ਮਿਲ ਜਾਣਗੇ ਜੀ। ਮਨ ਪਸੰਦ ਦੀ ਚੀਜ਼ ਲੈ ਕੇ ਜਾ ਸਕਦੇ। ਨੀਚੇ ਵੀ ਟੀ ਸ਼ਰਟਾਂ ਹੀ ਟੀ ਸ਼ਰਟਾਂ ਤੁਹਾਨੂੰ ਮਿਲ ਜਾਣਗੀਆਂ ਮੁੰਡਿਆਂ ਵਾਸਤੇ। ਜਾਂ ਦੇਖੋ ਜੀ, ਕਲਰ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, ਬੈਕ ਪ੍ਰਿੰਟ ਔਰ ਫਰੰਟ ਪ੍ਰਿੰਟ ਦੋਨੋਂ ਹੀ ਹੈ ਨਾ? ਬੈਕ 'ਤੇ ਪ੍ਰਿੰਟ ਮਿਲ ਜੂਗਾ ਜੀ। ਆਹ ਦੇਖੋ ਜੀ, ਬੈਕ 'ਤੇ ਪ੍ਰਿੰਟ, ਫਰੰਟ 'ਤੇ ਵੀ ਪ੍ਰਿੰਟ ਮਿਲ ਜੂਗਾ ਜੀ। ਰੇਟ ਕੀ ਲੱਗੂਗਾ ਜੀ? 250 ਰੁਪਇਆ ਜੀ। 250-250 ਰੁਪਏ ਦੇ ਵਿੱਚ ਟੀ ਸ਼ਰਟਾਂ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਜੀ। ਉਹ ਜੀ ਇੱਧਰ ਆ ਗਏ ਜੀ, ਲੇਡੀਜ਼ ਕੁੜਤੇ ਆ ਗਏ ਜੀ, ਕੋਟਨ ਦੇ ਵਿੱਚ ਡਿਜ਼ਾਈਨਰ ਫੈਂਸੀ ਕੁੜਤੇ ਆ ਗਏ ਜੀ, ਅਲੱਗ ਅਲੱਗ ਸਟਾਈਲ ਦੇ ਵਿੱਚ, ਫਰੋਕ ਸਟਾਈਲ, ਆਇਲਿਆ ਕੱਟ, ਨਾਇਰਾ ਕੱਟ, ਤੁਹਾਨੂੰ ਇੱਥੋਂ ਸਾਰੇ ਸਟਾਈਲ ਮਿਲ ਜਾਣਗੇ ਜੀ। ਕਲਰ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਜੀ। ਰੇਟ ਤੁਹਾਨੂੰ ਲੱਗੂਗਾ ਜੀ ਪਰ ਪੀਸ 150 ਰੁਪਏ ਦੇ ਵਿੱਚ, ਲੇਡੀਜ਼ ਸਿੰਗਲ ਸਿੰਗਲ ਕੁੜਤੇ ਜੀ, 150-150 ਰੁਪਏ ਦੇ ਵਿੱਚ ਲੇਡੀਜ਼ ਸਿੰਗਲ ਕੁੜਤੇ ਲੈ ਕੇ ਜਾ ਸਕਦੇ ਹੋ ਜੀ। ਹੋਰ ਸਮਾਨ ਤੁਸੀਂ ਇੱਥੋਂ ਲੇਡੀਜ਼ ਵਾਸਤੇ ਲੈ ਕੇ ਜਾਣਾ ਚਾਹੋ ਵੀ ਤੁਹਾਨੂੰ ਮਿਲ ਜਾਣਗੇ। ਦੇਖੋ ਜੀ ਭਾਈ, ਆਹ ਪੂਰਾ ਸੈੱਟ ਕਿੰਨੇ ਦਾ ਜੀ? ਆਹ ਸੈੱਟ ਪੂਰਾ 450 ਰੁਪਏ ਦੇ ਵਿੱਚ। ਆਹ ਦੇਖੋ ਜੀ ਪੂਰਾ ਸੈੱਟ, ਭਾਈ ਕੋਰ ਸੈੱਟ ਹੈ ਜਾਂ ਪਲਾਜ਼ੋ ਸੈੱਟ ਹੈ? ਹਾਂ ਦੇਖੋ ਜੀ, ਕੋਰ ਸੈੱਟ ਕੁੜੀਆਂ ਵਾਸਤੇ 450 ਤੁਹਾਨੂੰ ਇੱਥੋਂ ਮਿਲ ਜੂਗਾ ਜੀ। ਆ ਜਾਓ ਜੀ, ਆ ਜਾਓ ਤੁਸੀਂ। 450 ਦਾ ਫੈਂਸੀ ਸਿੰਗਲ ਟੋਪ, ਕਲਰ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, ਡਿਜ਼ਾਈਨ ਮਿਲ ਜਾਣਗੇ ਵੱਖਰੇ ਵੱਖਰੇ। ਸਿੰਗਲ ਮਿੱਡੀ ਹੈ ਜੀ। ਅੱਛਾ, ਇਹ ਡਰੈਸ ਹੈ ਪੂਰੀ ਕਿੰਨੇ ਦੀ ਜੀ? 750 ਰੁਪਏ ਦੇ ਵਿੱਚ ਸਿੰਗਲ ਡਰੈਸ ਤੁਹਾਨੂੰ ਮਿਲ ਜੂਗਾ ਜੀ। ਟੋਪ, ਜੀਨ ਦੀਆਂ ਪੈਂਟਾਂ, ਇਹ ਰੇਟ ਕੀ ਭਾਜੀ ਇਹਨਾਂ ਦਾ ਜੀ? ਹਾਂ ਦੇਖੋ ਜੀ, ਵਧੀਆ ਬ੍ਰਾਂਡਡ ਪੈਂਟਾਂ, ਪਜਾਮੇ, ਅਲੱਗ ਅਲੱਗ ਰੇਟ ਤੁਹਾਨੂੰ ਇੱਥੋਂ ਮਿਲ ਜਾਣਗੇ। ਇੱਕ ਮਿੰਟ, ਜਾਂ ਦੇਖੋ ਜੀ ਇੱਧਰ ਹੋਰ ਵੀ ਪਾਰਟੀ ਵੇਅਰ ਪੈਂਟਾਂ, ਪਾਰਟੀ ਵੇਅਰ ਡਰੈਸਾਂ ਕੁੜੀਆਂ ਵਾਸਤੇ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਜੀ। ਕਿੰਨੇ ਜੀ? 200 ਰੁਪਈਆ ਬ੍ਰਾਂਡਡ ਸ਼ਰਟਾਂ ਭਾਈ, 100-100 ਰੁਪਈਆ ਜੀ, ਪੱਕੀ ਗੱਲ ਹੈ, ਜੋ ਰੇਟ ਦੱਸਿਆ ਇਹੀ ਰੇਟ ਲੱਗੂਗਾ। ਆਹ ਦੇਖੋ ਜੀ ਭਾਜੀ, ਉਹਨਾਂ ਕੋਲੋਂ ਪਿੱਛੋਂ ਮਿਲ ਜਾਣਗੀਆਂ ਤੁਹਾਨੂੰ ਸ਼ਰਟਾਂ ਭਾਈ, ਸੱਚੀ 100-100 ਰੁਪਈਆ ਨਾ, ਕੋਈ ਸਾਨੂੰ ਗਾਲਾਂ ਨਾ ਕੱਢੇ, ਵੇਖ ਲਓ। ਠੀਕ ਆ, ਦੇਖੋ ਜੀ ਇੱਧਰ 100-100 ਰੁਪਏ ਦੇ ਵਿੱਚ ਸ਼ਰਟਾਂ ਮੁੰਡਿਆਂ ਵਾਸਤੇ। ਆਹ ਦੇਖੋ ਜੀ ਭਾਜੀ, ਉਹਨਾਂ ਨੇ ਹੱਥ 'ਚ ਵੀ ਫੜੀਆਂ ਹੋਈਆਂ, 100-100 ਰੁਪਈਆ ਜੀ, 100 ਰੁਪਏ। ਹੋਰ ਵੀ ਪਾਰਟੀ ਵੇਅਰ ਪੈਂਟਾਂ ਮੁੰਡਿਆਂ ਵਾਸਤੇ, ਆਹ ਦੇਖੋ ਜੀ ਪਾਰਟੀ ਵੇਅਰ ਫੋਰਮਲ ਪੈਂਟਾਂ, ਜਿਹੜਾ ਦਾ ਰੇਟ ਤੁਹਾਨੂੰ ਲੱਗੂਗਾ ਜੀ 300 ਰੁਪਈਆ। ਦੇਖੋ ਜੀ ਸੇਲ ਲੱਗੀ ਹੋਈ ਪੈਂਟ ਫੋਰਮਲ, 300 ਰੁਪਈਆ ਲਓ ਜੀ। 1500 ਰੁਪਏ ਦੇ ਵਿੱਚ ਕੋਟ ਪੈਂਟ ਤੁਹਾਨੂੰ ਮਿਲ ਜੂਗਾ ਜੀ, ਡਬਲ 3 ਪੀਸ ਹੈ ਜੀ 1500 ਚ, ਮਤਲਬ 500 ਦਾ ਇੱਕ ਪੀਸ ਪੈ ਗਿਆ ਨਾ। ਜੈਕਟ, ਹਾਂਜੀ ਰਿਵਰਸੀਬਲ ਜੈਕਟ, ਪੈਂਟ ਕੋਟ ਤੋਂ ਇਹਦਾ ਤੁਹਾਨੂੰ ਰੇਟ ਲੱਗੂਗਾ ਜੀ 1500 ਰੁਪਏ। ਭਾਈ ਆ ਵੀ 1500 ਰੁਪਏ ਜੀ, ਇਹ ਵਾਲਾ ਤੁਹਾਨੂੰ ਲੱਗੂਗਾ ਜੀ 1800 ਰੁਪਏ ਦੇ ਵਿੱਚ। ਭਾਈ ਹੁਣ ਕੋਲੋਂ ਆ ਦੇਖੋ ਜੀ ਪਿੱਛੇ ਪਿੱਛੇ, ਆ ਦੇਖੋ ਜੀ ਸ਼ਰਟਾਂ, ਪੈਂਟ ਕੋਟ, ਸ਼ੇਰਵਾਨੀਆਂ, ਜੀਨ ਦੀਆਂ ਪੈਂਟਾਂ। ਭਾਈ ਜੀਨ ਦੀਆਂ ਪੈਂਟਾਂ ਦਾ ਕੀ ਰੇਟ ਆ ਜੀ? 500 ਰੁਪਏ। 500 ਰੁਪਏ ਦੇ ਵਿੱਚ 6 ਪਾਕਟ ਜੀਨ ਪੈਂਟ, ਜੀਨ ਦੀ ਪੈਂਟ ਮਿਲ ਜੂਗੀ ਮੁੰਡਿਆਂ ਵਾਸਤੇ। ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਸ਼ੇਰਵਾਨੀ ਲੈ ਕੇ ਜਾ ਸਕਦੇ। ਉਹ ਪਹਿਲੇ ਨੰਬਰ ਤੇ ਕੁੜਤਾ, ਉਹਨਾਂ ਦਾ ਰੇਟ ਹੈ ਚਿਕਨ ਆਲ ਓਵਰ, ਹਾਂਜੀ 1000 ਰੁਪਏ ਚਿਕਨ ਆਲ ਓਵਰ ਕੁੜਤਾ ਪਜਾਮਾ, 1000 ਰੁਪਏ ਚ ਸ਼ੇਰਵਾਨੀਆਂ। ਹਾਂਜੀ ਫੈਂਸੀ ਕੋਟ ਪੈਂਟ, ਹਾਂਜੀ ਕਿੰਨੇ ਜੀ? ਕਿੰਨੇ ਚ? ਇਹ ਫੈਂਸੀ ਕੋਟ ਪੈਂਟ ਹੈ 2000 ਰੁਪਏ ਦਾ। ਹਾਂ ਦੇਖੋ ਜੀ ਫੈਂਸੀ ਕੋਟ ਪੈਂਟ 2000 ਦੇ, 2000 ਦਾ ਸ਼ੇਰਵਾਨੀਆਂ, ਚਿਕਨ ਦੇ ਕੁੜਤੇ ਪਜਾਮੇ, ਕਾਫੀ ਕੁਝ ਤੁਹਾਨੂੰ ਭਾਜੀ ਹੁਣ ਕੋਲ ਮਿਲ ਜੂਗਾ। ਭਾਈ ਸ਼ਾਪ ਦਾ ਨਾਮ ਕੀ ਹੈ ਜੀ? ਮੋਂਗਾ ਗਾਰਮੈਂਟਸ। ਹਾਂਜੀ ਆ ਦੇਖੋ ਜੀ ਬੋਰਡ ਮੈਂ ਤੁਹਾਨੂੰ ਦਿਖਾ ਦਵਾਂ, ਮੋਂਗਾ ਗਾਰਮੈਂਟਸ ਰੈਡੀਮੇਡ ਕਲੈਕਸ਼ਨ, ਚੌੜਾ ਬਾਜ਼ਾਰ ਲੁਧਿਆਣਾ। ਹੋਲਸੇਲ ਪ੍ਰਾਈਸ ਦੇ ਉੱਤੇ ਤੁਸੀਂ ਇੱਥੋਂ ਸ਼ੋਪਿੰਗ ਕਰ ਸਕਦੇ ਹੋ ਜੀ। ਆਣ ਕੇ ਡੇਲੀ ਸ਼ੋਪ ਓਪਨ ਹੁੰਦੀ ਹੈ ਜੀ, ਇੱਥੇ ਆਣ ਕੇ ਤੁਸੀਂ ਮੇਰੇ ਵੀਰ ਕੋਟ ਪੈਂਟ ਪੈਂਟਾਂ ਲੈ ਕੇ ਜਾਣੀਆਂ ਚਾਹੋ ਲੈ ਕੇ ਜਾ ਸਕਦੇ ਹੋ ਜੀ। ਇੱਧਰ ਜੀਨ ਦੀਆਂ ਪੈਂਟਾਂ ਆ ਗਈਆਂ ਜੀ 250-250 ਰੁਪਏ ਦੇ ਵਿੱਚ। ਆ ਦੇਖੋ ਜੀ ਸਾਈਜ਼ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, ਕਲਰ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ 250। ਇੱਧਰ ਕਾਟਨ ਦੇ ਪਜਾਮੇ ਆ ਗਏ ਜੀ ਮੁੰਡਿਆਂ ਵਾਸਤੇ। ਭਾਈ ਰੇਟ 200-250 ਜੀ, 150 ਰੁਪਈਆ ਜੀ। ਆਹ ਦੇਖੋ ਜੀ ਕਾਟਨ ਦੇ ਪਜਾਮੇ ਮੁੰਡਿਆਂ ਵਾਸਤੇ, ਬਹੁਤ ਹੀ ਸੋਹਣੇ ਸੋਹਣੇ ਨਵੇਂ ਪਜਾਮੇ ਆ ਗਏ ਜੀ।
ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, ਬੇ ਪਿਓਰ ਕੋਟਨ ਦਾ ਕੱਪੜਾ, ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਇਆ। ਲਓ ਜੀ ਇੱਧਰ ਆ ਗਏ ਜੀ ਪਜਾਮੇ ਬੱਚਿਆਂ ਵਾਸਤੇ, ਕੁੜੀਆਂ ਵਾਸਤੇ ਪਜਾਮੇ ਆ ਗਏ ਜੀ, ਕੈਪਰੀਆਂ ਆ ਗਏ। ਭਾਈ ਕੀ ਰੇਟ ਤੋਂ ਸ਼ੁਰੂ ਹੋ ਰਹੀਆਂ ਜੀ ਆਪਣੇ ਕੋਲ? ਲਓ ਜੀ 100-100 ਰੁਪਏ ਦੇ ਵਿੱਚ ਪਜਾਮੇ ਆ ਗਏ ਜੀ। ਦੇਖੋ ਜੀ ਕੁੜੀਆਂ ਵਾਸਤੇ ਕੈਪਰੀਆਂ ਬਹੁਤ ਹੀ ਸੋਹਣੀਆਂ ਸੋਹਣੀਆਂ ਕੋਟਨ ਦੇ ਕੱਪੜੇ ਦੇ ਵਿੱਚ, ਟੀ ਸ਼ਰਟਸ ਵੀ ਲੈ ਕੇ ਜਾ ਸਕਦੇ ਹੋ। ਭਾਈ ਕੀ ਰੇਟ ਰੱਖਿਆ ਜੀ? ਲਓ ਜੀ ਟੀ ਸ਼ਰਟਸ ਵੀ ਤੁਹਾਨੂੰ ਮਿਲ ਜਾਣਗੀਆਂ ਜੀ, ਲੌਂਗ ਟੀ ਸ਼ਰਟਾਂ ਕੁੜੀਆਂ ਵਾਸਤੇ 100-100 ਰੁਪਏ ਦੇ ਵਿੱਚ ਪਜਾਮੇ ਮਿਲ ਜਾਣਗੇ ਵੱਡਿਆਂ ਕੁੜੀਆਂ ਵਾਸਤੇ। ਰਿੰਕਲ ਵਾਲੇ ਲੈ ਜਾਓ, ਕੋਟਨ ਲੈ ਜਾਓ ਭਾਈ, ਇਹਨਾਂ ਦਾ 150 ਜੀ, 100 ਰੁਪਇਆ ਜੀ, ਕਮਾਲ ਦੀ ਗੱਲ ਹੈ ਜੀ। ਹਾਂ ਵੀ ਤੁਹਾਨੂੰ ਪਜਾਮੇ ਮਿਲ ਜਾਣਗੇ 100-100 ਰੁਪਏ ਦੇ ਵਿੱਚ। ਲਓ ਭਾਜੀ ਹੁਣੀ ਇੱਥੇ ਹੁੰਦੇ ਆ ਜੀ, ਭਾਜੀ ਹੁਣਾਂ ਕੋਲੋਂ ਬੱਚਿਆਂ ਦੇ ਕੈਪਰੀਆਂ ਵੱਡੀਆਂ ਟੀ ਸ਼ਰਟਾਂ ਲੈ ਕੇ ਜਾ ਸਕਦੇ ਹੋ, ਪਜਾਮੇ ਲੈ ਕੇ ਜਾ ਸਕਦੇ ਹੋ 100-100 ਰੁਪਏ ਦੇ ਵਿੱਚ ਜੀ। ਫਿਰ ਆ ਗਿਆ ਜੀ ਕੁੜੀਆਂ ਵਾਸਤੇ ਸਿੰਗਲ ਸਿੰਗਲ ਕੁੜਤਾ, ਕੋਟਨ ਦੇ ਕੁੜਤੇ, ਆਲੀਆ ਕੱਟ, ਨਾਇਰਾ ਕੱਟ, ਜਿਹੋ ਜਿਹੇ ਮਰਜ਼ੀ ਲੈ ਜਾਓ ਜੀ। ਡਿਜ਼ਾਈਨਰ ਕੁੜਤੇ ਆ ਗਏ ਸਿੰਗਲ ਸਿੰਗਲ, ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਇਆ। ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ, ਦੇਖੋ ਜੀ ਪਿੱਛੇ ਪੂਰਾ ਸੂਟ, ਸ਼ਰਾਰਾ ਸੂਟ ਲੈ ਕੇ ਜਾਣਾ ਚਾਹੋ। ਭਾਈ ਕਿੰਨੇ ਦਾ ਜੀ? 350 ਦਾ। ਦੇਖੋ ਜੀ 350 ਦਾ ਸ਼ਰਾਰਾ ਗਰਾਰਾ ਸੂਟ ਤੁਹਾਨੂੰ ਇੱਥੇ ਮਿਲ ਜੂਗਾ ਜੀ, ਪੂਰਾ ਸੂਟ, ਸ਼ਰਟਾਂ, ਟੀ ਸ਼ਰਟ, ਪਜਾਮੇ ਹੋਲਸੇਲ ਰੇਟਾਂ ਦੇ। ਪਹਿਲਾਂ ਜੀਨ ਦੀਆਂ ਪੈਂਟਾਂ ਦੇਖੋ ਜੀ 200-200 ਰੁਪਏ ਦੇ ਵਿੱਚ, ਜਿਹੜੀ ਮਰਜ਼ੀ ਲੈ ਜਾਓ ਜੀ 200-200। ਦੇਖੋ ਜੀ ਖੋਲ੍ਹ ਕੇ ਦਿਖਾ ਰਿਹਾ ਤੁਹਾਨੂੰ, ਨੈਰੋ ਲੈ ਜਾਓ, ਖੁੱਲੀਆਂ ਡੁੱਲੀਆਂ ਲੈ ਜਾਓ ਜੀ, ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਇਆ। ਲਓ ਜੀ ਦੇਖੋ ਜੀ ਬੂਟ ਕੱਟ ਪੈਂਟਾਂ ਵੀ ਤੁਹਾਨੂੰ ਮਿਲ ਜਾਣਗੀਆਂ 200 ਰੁਪਏ ਦੇ ਵਿੱਚ, ਜੀਨ ਦੀਆਂ ਪੈਂਟਾਂ। ਟੇਰ ਲੱਗਾ ਵਾ ਭਾਜੀ ਹੁਣਾਂ ਕੋਲ, ਹਰ ਰੋਜ਼ ਸ਼ੋਪ ਓਪਨ ਹੁੰਦੀ ਹੈ ਜੀ ਭਾਜੀ ਹੁਣਾਂ ਦੀ। ਇੱਥੋਂ ਤੁਹਾਨੂੰ ਲੇਡੀਜ਼ ਟੌਪ ਵੀ ਮਿਲ ਜਾਣਗੇ ਜੀ, ਲੇਡੀਜ਼ ਕੁੜਤੇ ਪਜਾਮੇ ਆ, ਦੇਖੋ ਜੀ ਲੇਡੀਜ਼ ਨਾਈਟ ਸੂਟ ਸਾਰਾ ਕੁਛ ਤੁਹਾਨੂੰ ਇੱਥੇ ਮਿਲ ਜੂਗਾ ਜੀ। ਸਿੰਗਲ ਕੁੜਤੇ ਦਾ ਕੀ ਰੇਟ ਵਾ ਜੀ? 150 ਰੁਪਏ ਦੇ ਵਿੱਚ ਸਿੰਗਲ ਸਿੰਗਲ ਕੁੜਤਾ ਵੀ ਤੁਸੀਂ ਲੈ ਕੇ ਜਾ ਸਕਦੇ ਆ। ਦੇਖੋ ਜੀ ਕੁੜੀਆਂ ਵਾਸਤੇ ਸਿੰਗਲ ਸਿੰਗਲ ਕੁੜਤੇ ਆ ਗਏ ਜੀ, ਪਰ ਪੀਸ 150 ਰੁਪਇਆ ਜੀ। ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, ਡਿਜ਼ਾਈਨ ਮਿਲ ਜਾਣਗੇ ਵੱਖਰੇ ਵੱਖਰੇ ਜੀ। ਪ੍ਰੋਪਰ ਲੋਕੇਸ਼ਨ ਮੈਂ ਤੁਹਾਨੂੰ ਦਿਖਾ ਦੇਵਾਂ, ਦੇਖੋ ਜੀ ਲੋਕੇਸ਼ਨ ਦੇਖ ਲਓ। ਦੇਖੋ ਪੁਲ ਬਣਿਆ ਹੋਇਆ, ਪੁਲ ਦੇ ਪਿਛਲੇ ਪਾਸੇ ਘੰਟਾ ਘਰ ਕਲੋਕ ਟਾਵਰ ਬਣਿਆ ਹੋਇਆ ਜੀ। ਉਹ ਦੇਖੋ ਜੀ ਸਾਹਮਣੇ ਤੁਹਾਨੂੰ ਦੇਖ ਰਿਹਾ ਜੀ ਕਲੋਕ ਟਾਵਰ ਤੁਹਾਨੂੰ ਦੇਖ ਰਿਹਾ ਜੀ। ਉਹ ਦੇਖੋ ਜੀ ਪਿੱਛੇ ਕਲੋਕ ਟਾਵਰ ਇੱਧਰ ਹੈਗਾ ਜੀ, ਆਪਣੇ ਚੌੜਾ ਬਾਜ਼ਾਰ ਮਾਰਕੀਟ ਇੱਥੋਂ ਸ਼ੁਰੂ ਹੁੰਦੀ ਹੈ ਜੀ। ਇੱਥੋਂ ਆਣ ਕੇ ਤੁਸੀਂ ਬੱਸ ਸਟੈਂਡ 'ਤੇ, ਬੱਸ ਸਟੈਂਡ ਤੋਂ ਆਟੋ 'ਤੇ ਵੀ ਆ ਸਕਦੇ ਹੋ। ਬੱਸ ਸਟੈਂਡ ਤੋਂ ਤੁਸੀਂ ਸਿਰਫ 20 ਰੁਪਏ ਕਿਰਾਇਆ ਦੇ ਕੇ ਆਟੋ 'ਤੇ ਆ ਸਕਦੇ ਹੋ। ਜੇ ਤੁਸੀਂ ਜਲੰਧਰ ਬਾਈਪਾਸ 'ਤੇ ਆਉਂਦੇ ਹੋ ਜੀ, ਉੱਥੋਂ ਵੀ ਆਟੋ ਆਉਂਦੇ ਆ ਜੀ, 20 ਰੁਪਏ ਕਿਰਾਇਆ ਦੇ ਕੇ ਤੁਸੀਂ ਉੱਥੋਂ ਵੀ ਆਟੋ 'ਤੇ ਆ ਸਕਦੇ, ਆਪਣੇ ਕਨਵੈਂਸ 'ਤੇ ਆ ਸਕਦੇ ਹੋ, ਬਾਏ ਬੱਸ ਆ ਸਕਦੇ ਹੋ, ਜਿੱਦਾਂ ਤੁਸੀਂ ਆਉਣਾ ਚਾਹੋ ਆ ਸਕਦੇ। ਲੋਕੇਸ਼ਨ ਦੇਖ ਲਓ ਜੀ, ਇੱਥੋਂ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਜੀ, ਘੰਟਾ ਘਰ ਮਾਰਕੀਟ ਮੈਨੂੰ ਬੋਲਦੇ ਆ ਜੀ। ਸੋ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਵਲੌਗ ਜੀ।